वेलकम स्टूडेंट्स, असी प्रीपोजिशंस बारे डिस्कस कर रहे सी। आज प्रीपोजिशन का पार्ट टू करांगे, ठीक है। इस तो पहला कि स्टार्ट करिए, पहला रिवाइज कर लिए कि प्रीपोजिशंस होंदिया की है, ठीक है। प्रीपोजिशंस की आ वर्ड्स होंदे आ कुछ जिहड़े सेंटेंस दे विच एक वर्ड नू या एक फ्रेज नू दूजे वर्ड या फ्रेज नाल जोड़न का काम करते हैं, ठीक है। जिस तरह I am going to Delhi for study. I live in Guman. I travel by bus. ਇਹਦੇ ਵਿੱਚ in, for, by ਇਹ ਸਾਰੇ ਕੀ ਹੈ? Preposition. ਠੀਕ ਹੈ। ਇਹ sentence ਦੇ ਵਿੱਚ ਇੱਕ word ਨੂੰ ਜਾਂ ਇੱਕ phrase ਨੂੰ ਦੂਸਰੇ ਨਾਲ ਜੋੜਦੇ ਹੈ। ਅਸੀਂ ਇਸ ਤੋਂ ਪਹਿਲਾਂ prepositions ਕੀਤੀਆਂ from, ਜਿਸ ਤਰ੍ਹਾਂ from ਦਾ ਮਤਲਬ ਤੋਂ ਕਿਸੇ ਜਗ੍ਹਾ ਤੋਂ, ਠੀਕ ਹੈ। ਜਿਸ ਤਰ੍ਹਾਂ ਆਈ ਐਮ ਫਰੋਮ ਗੁਮਾਨ, ਸ਼ੀ ਇਜ਼ ਫਰੋਮ ਡੈਲੀ। ਉਸ ਤੋਂ ਬਾਅਦ ਅਸੀਂ ਕੀਤਾ ਔਫ, ਓ ਡਵਲੈਪ ਔਫ। ਓ ਡਵਲੈਪ ਔਫ ਦਾ ਮੀਨਿੰਗ ਹੁੰਦਾ ਹੈ ਕਿ ਕਿਸੇ ਚੀਜ਼ ਨੂੰ ਉਸ ਦੀ ਸਤਾ ਤੋਂ ਅਲੱਗ ਕਰਨਾ, ਠੀਕ ਹੈ। ਜਿਸ ਤਰ੍ਹਾਂ ਆਈ ਪਿਕਡ ਦ ਮੋਬਾਈਲ ਔਫ ਦ ਬੈੱਡ, ਮਤਲਬ ਬੈੱਡ ਤੋਂ ਮੋਬਾਈਲ ਚੁੱਕਿਆ, ਠੀਕ ਹੈ। ਸਿੰਸ ਨੂੰ ਆਪਾਂ ਯੂਜ਼ ਕਰਦੇ ਹਾਂ ਕਿਸੇ ਟਾਈਮ ਤੋਂ, ਠੀਕ ਹੈ। ਜਿਸ ਤਰ੍ਹਾਂ ਸਿੰਸ 2 o'clock, ਸਿੰਸ 3 o'clock, ਸਿੰਸ ਮੋਰਨਿੰਗ, ਸਿੰਸ 1998, ਮੀਨਸ ਕੋਈ ਡੈਫੀਨੇਟ ਟਾਈਮ ਹੁੰਦਾ ਆ। ਉਸ ਤੋਂ ਇਲਾਵਾ ਫੋਰ ਜਿਹੜਾ ਆ, ਫੋਰ ਨੂੰ ਯੂਜ਼ ਕਰਦੇ ਹਾਂ ਜਾਂ ਤਾਂ ਆਪਾਂ ਡਿਊਰੇਸ਼ਨ ਦੇ ਲਈ ਜਾਂ ਇਨਡੈਫੀਨੇਟ ਟਾਈਮ ਦੇ ਲਈ, ਠੀਕ ਹੈ। ਆਈ ਲਿਵ ਦੇਅਰ ਫੋਰ 2 years, ਮਤਲਬ ਕੋਈ ਪੱਕਾ ਪਤਾ ਨਹੀਂ ਹੈ ਕਿਹੜੇ 2 years, ਠੀਕ ਹੈ। ਉਸ ਤੋਂ ਇਲਾਵਾ ਫੋਰ ਜਿਹੜਾ ਆ ਉਹ ਡਿਊਰੇਸ਼ਨ ਦੱਸਦਾ ਆ, ਫੋਰ ਲੋਂਗ ਟਾਈਮ, ਫੋਰ ਅ ਵਾਈਲ, ਫੋਰ ਮੈਨੀ ਡੇਜ਼। ਨੈਕਸਟ ਅਸੀਂ ਕੀਤਾ ਬਾਏ, ਮੀਨਸ ਕੋਈ ਮੀਨਸ ਦੁਆਰਾ, ਠੀਕ ਹੈ। ਆਈ ਗੋ ਟੂ ਸਕੂਲ ਬਾਏ ਬੱਸ। ਦੈਨ ਅਸੀਂ ਕੀਤਾ ਵਿਦ, ਵਿਦ ਮੀਨਸ ਕਿਸੇ ਚੀਜ਼ ਦੇ ਨਾਲ, ਠੀਕ ਹੈ। ਜਿਸ ਤਰ੍ਹਾਂ ਆਈ ਕੱਟ ਦਾ ਕੇਕ ਵਿਦ ਅ ਨਾਈਫ। ਅੱਜ ਅਸੀਂ ਕਰਨਾ ਆ ਇਨ। ਇਨ ਦਾ ਮੀਨਿੰਗ ਪੰਜਾਬੀ ਦੇ ਵਿੱਚ ਵੈਸੇ ਕੀ ਹੁੰਦਾ ਆ? ਵਿੱਚ, ਠੀਕ ਹੈ। ਇਹਨੂੰ ਆਪਾਂ ਕਿੱਥੇ ਯੂਜ਼ ਕਰਦੇ ਹਾਂ? ਵਿਦ ਟਾਈਮ, ਟਾਈਮ ਦੇ ਨਾਲ ਯੂਜ਼ ਕਰਦੇ ਹਾਂ। ਜਿਸ ਤਰ੍ਹਾਂ ਆਈ ਵਾਜ ਬੋਰਨ ਇਨ 1992। ਹੁਣ ਐਗਜੈਕਟ ਆਪਾਂ ਟਾਈਮ ਦੱਸਦਾ, ਈਅਰ ਦੱਸ ਦਿੱਤਾ ਹੈ, ਠੀਕ ਹੈ। ਐਗਜੈਕਟ ਈਅਰ ਨੂੰ ਦੱਸਣ ਦੇ ਲਈ ਆਪਾਂ ਯੂਜ਼ ਕਰਦੇ ਹਾਂ ਇਨ। ਜਿਸ ਤਰ੍ਹਾਂ ਆਈ ਵਾਜ ਬੋਰਨ ਇਨ 1992, ਮੈਂ 1992 ਦੇ ਵਿੱਚ ਪੈਦਾ ਹੋਇਆ ਜਾਂ 1992 ਦੇ ਵਿੱਚ ਮੇਰਾ ਜਨਮ ਹੋਇਆ। ਸ਼ੀ ਲਿਵਡ ਹੀਅਰ ਇਨ 2016, ਕਿ ਉਹ 2016 ਭਾਵ ਕਿ 2016 ਦੇ ਵਿੱਚ ਇੱਥੇ ਰਹੀ ਜਾਂ ਰਹਿੰਦੀ ਸੀ, ਠੀਕ ਹੈ। ਅੰਸ਼ ਵਿਲ ਲੀਵ ਇਨ ਹਾਫ ਐਨ ਆਰ, ਕਿ ਅੰਸ਼ ਅੱਧੇ ਇੱਕ ਘੰਟੇ ਵਿੱਚ ਇੱਥੋਂ ਜਾਏਗਾ। ਸੋ ਆਪਾਂ ਇਹਨੂੰ ਕਿੱਥੇ ਯੂਜ਼ ਕਰਦੇ ਹਾਂ? ਟਾਈਮ ਦੇ ਨਾਲ, ਡੈਫੀਨੇਟ ਟਾਈਮ ਦੇ ਨਾਲ ਵੀ ਯੂਜ਼ ਕਰ ਸਕਦੇ ਹਾਂ। ਨੈਕਸਟ ਹੈ ਵਿਦ ਪਲੇਸਿਸ, ਮਤਲਬ ਜਗ੍ਹਾ ਦੇ ਨਾਲ। ਇਹ ਆਪਾਂ ਕੋਈ ਵੱਡੀ ਸਿਟੀ ਦੇ ਨਾਲ ਯੂਜ਼ ਕਰਦੇ ਹਾਂ ਜਾਂ ਕੰਟਰੀ ਦੇ ਨੇਮ ਦੇ ਨਾਲ ਯੂਜ਼ ਕਰਦੇ ਹਾਂ, ਠੀਕ ਹੈ। ਜਿਸ ਤਰ੍ਹਾਂ ਆਈ ਲਿਵਡ ਇਨ ਅੰਮ੍ਰਿਤਸਰ, ਹੁਣ ਅੰਮ੍ਰਿਤਸਰ ਇਜ਼ ਅ ਬਿਗ ਸਿਟੀ, ਠੀਕ ਹੈ। ਇਸ ਕਰਕੇ ਆਪਾਂ ਯੂਜ਼ ਕੀਤਾ ਇਨ। ਸ਼ੀ ਲਿਵਡ ਇਨ ਮੁੰਬਈ, ਉਹ ਮੁੰਬਈ ਵਿੱਚ ਰਹਿੰਦੀ ਸੀ ਜਾਂ ਰਹੀ, ਉਹਦੇ ਲਈ ਇਨ ਜਿਹੜਾ ਯੂਜ਼ ਕੀਤਾ ਮੁੰਬਈ ਦੇ ਨਾਲ। ਆਈ ਵਰਕ ਇਨ ਦਿਸ ਕੰਪਨੀ, ਮੈਂ ਇਸ ਕੰਪਨੀ ਦੇ ਵਿੱਚ ਕੰਮ ਕਰਦਾ ਹੈ। ਹੁਣ ਕੰਪਨੀ ਛੋਟੀ ਨਹੀਂ ਹੋਊਗੀ, ਵੱਡੀ ਸੰਸਥਾ ਹੋਏਗੀ, ਇਸ ਲਈ ਅਸੀਂ ਯੂਜ਼ ਕੀਤਾ ਇਨ। ਇਨਸਾਈਡ ਸਮ ਓਬਜੈਕਟ, ਮੀਨਸ ਇਨ ਦਾ ਯੂਜ਼ ਆਪਾਂ ਕਦੋਂ ਕਰਦੇ ਹਾਂ? ਜਦੋਂ ਕਿਸੇ ਓਬਜੈਕਟ ਦੇ ਵਿੱਚ ਦੀ ਗੱਲ ਹੋਵੇ। ਜਿਸ ਤਰ੍ਹਾਂ ਆਈ ਕੈਪਟ ਇਟ ਇਨ ਦ ਬੋਕਸ, ਮੈਂ ਇਸ ਨੂੰ ਬੋਕਸ ਵਿੱਚ ਰੱਖਿਆ ਸੀ। I kept it in the box, means box ਦੇ ਅੰਦਰ ਆ, ਓਬਜੈਕਟ ਇਨਸਾਈਡ ਆ, ਠੀਕ ਹੈ। ਨੈਕਸਟ ਇਜ਼ ਵੀ ਰੀਡ ਇਟ ਇਨ ਆਰ ਸਕੂਲ, ਕਿਸੇ ਚੀਜ਼ ਬਾਰੇ ਗੱਲ ਕੀਤੀ ਹੋ ਸਕਦੀ ਕਿ ਅਸੀਂ ਇਸ ਨੂੰ ਸਕੂਲ ਦੇ ਵਿੱਚ ਪੜ੍ਹਿਆ, ਠੀਕ ਹੈ। ਇਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਜਿਸ ਤਰ੍ਹਾਂ ਇਨ 2 years, ਠੀਕ ਹੈ। ਇਨ ਸਮਰ ਸੀਜ਼ਨਸ ਦੇ ਨਾਲ ਵੀ ਯੂਜ਼ ਕਰਦੇ ਹਾਂ, ਜਿਸ ਤਰ੍ਹਾਂ ਵੀ ਵੈਂਟ ਦੇਅਰ ਇਨ ਸਮਰ, ਵੀ ਵੈਂਟ ਦੇਅਰ ਇਨ ਵਿੰਟਰ, ਅਸੀਂ ਉੱਥੇ ਗਰਮੀਆਂ ਵਿੱਚ ਗਏ ਜਾਂ ਅਸੀਂ ਉੱਥੇ ਸਰਦੀਆਂ ਵਿੱਚ ਗਏ। ਉਸ ਤੋਂ ਬਾਅਦ ਮੰਥਸ ਨਾਲ ਯੂਜ਼ ਕਰ ਸਕਦੇ ਹਾਂ, ਜਿਵੇਂ ਫੈਬਰੇਰੀ, ਇਨ ਫੈਬਰੇਰੀ, ਇਨ ਮਾਰਚ, ਇਨ ਅਪ੍ਰੈਲ, ਠੀਕ ਹੈ। ਔਰ ਮੋਰਨਿੰਗ ਅਤੇ ਈਵਨਿੰਗ ਨਾਲ ਵੀ ਆਪਾਂ ਯੂਜ਼ ਕਰਦੇ ਹਾਂ ਇਨ। ਜਿਸ ਤਰ੍ਹਾਂ ਆਈ ਗੈਟ ਅਪ ਅਰਲੀ ਇਨ ਦਾ ਮੋਰਨਿੰਗ, ਆਈ ਗੋ ਫੋਰ ਅ ਵਾਕ ਇਨ ਦਾ ਮੋਰਨਿੰਗ, ਆਈ ਗੋ ਫੋਰ ਵਾਕ ਇਨ ਦਾ ਈਵਨਿੰਗ, ਠੀਕ ਹੈ। ਸੋ ਮੋਰਨਿੰਗ, ਈਵਨਿੰਗ, ਸੀਜ਼ਨਸ ਦੇ ਨਾਮ ਦੇ ਨਾਲ, ਮੰਥ ਜਾਂ ਈਅਰਸ ਦੇ ਨਾਲ, ਸਾਰਿਆਂ ਦੇ ਨਾਲ ਆਪਾਂ ਯੂਜ਼ ਕਰਦੇ ਹਾਂ ਇਨ। ਨੈਕਸਟ ਇਜ਼ ਐਟ, ਠੀਕ ਹੈ। ਐਟ ਦਾ ਯੂਜ਼ ਆਪਾਂ ਕਦੋਂ ਕਰਦੇ ਹਾਂ?
फर्स्ट इज पॉइंट टाइम, हुन टाइम दसना है, ठीक है, मतलब एग्जैक्ट टाइम जिदा क्लॉक का टाइम हुंदा उहदे लई आपां यूज करते हैं एट, जिस तरह एट 2 o'clock, एट 5 PM, एट 6 PM। एग्जाम्पल देखते हैं, आई रीच देयर एट 2 o'clock, मैं उत्थे 2 बजे पहुंचा, ठीक है। ही विल कम एट 6 PM, कि वह शाम को 6 बजे आवेगा, इस करके आप यूज़ किया एट टाइम के नाल। इस तो इलावा आप यूज़ करते हैं स्मॉल प्लेसिस के नाल, ठीक है, छोटिया जगह, जिस तरह किसी वे शहर के छोटी जगह हो आप यूज़ करते हैं, ठीक है। ही वॉज स्टैंडिंग एट बस स्टॉप, ठीक है, हूँ शहर के बस स्टॉप एक छोटी जगह है, इसलिए आप यूज़ किया एट। आई वर्क एट अ स्कूल, मैं एक स्कूल में काम करता हाँ या करती हाँ, ठीक है। ही स्टेड एट अ होटल, ठीक है, सिटी के सिटी का पार्ट आ होटल, इस करके आप यूज़ किया एट। नैक्सट है नाइट एंड नून, मतलब रात नू ते दोपहर, उन्हां दे नाल आप यूज़ करते हैं एट। जिस तरह आई लैफ्ट द प्लेस एट नाइट, मतलब मैं रात नू उस जगह तो गया, जहाँ मैं उस रात नू उस जगह नू छड्डिया। एट आफ्टरनून वी टेक लंच, दोपहर नू असी खाना, असी लंच करते हैं, दोपहर का खाना खाते हैं। आफ्टरनून नाल ते नाइट नाल आप यूज़ करते हैं एट। इस तो इलावा कॉस्ट ऑफ थिंग्स, किसी चीज़ों की कीमत दसन के लिए, ठीक है। द फूड इज सोल्ड एट अ हाई प्राइस, कि भोजन जिहड़ा आ बहुत महंगी कीमत पर वेचा जाता है, ठीक है, प्राइस के नाल। ही सोल्ड मोबाइल एट रुपीज़ 10,000, उन्हें 10,000 का जिहड़ा मोबाइल आ वेचा, मीनस वह प्राइस दसिया, कॉस्ट प्राइस दसन के लिए आप यूज़ करते हैं एट। नैक्सट इवेंट्स या फेस्टिवल, जिस तरह एट पार्टी, एट दिवाली, एट लोहड़ी, एट होली, एट बर्थडे, ठीक है, एट मैरिज, ये सारे जिन्हें भी इवेंट्स या फंक्शंस या फेस्टिवल्स होंगे उन्होंने नाल भी आप यूज़ करते हैं एट। जिस तरह वी प्ले विद कलर्स एट होली, कि असी होली ते रंगा नाल खेडते हाँ। हुण होली की है, एक फेस्टिवल का नेम आ, ठीक है, वो नाल आप यूज़ किया एट। ही अराइव लेट एट द पार्टी, कि वह पार्टी में लेट पहुँचा, हूँ पार्टी वो भी एक ईवेंट आ या एक फंक्शन आ, इसलिए आप यूज़ किया एट। नैक्सट प्रीपोजिशन आ ऑन, ठीक है, ऑन का यूज़ आप कितने करते हैं, ऑन का पहला तो यूज़ हों प्लेसिस के नाल, ठीक है, जिस तरह यदा आप हमें ज़्यादातर यूज़ करते जिस तरह अटैचिंग रिलेशन हो, जिस तरह द पेन इज़ ऑन द टेबल, हूँ पेन जिहड़ा है टेबल के उपर आप, मतलब कि टेबल की सरफेस के उपर आ, ठीक है, उन्होंने टच करता है। ही इज़ सिटिंग ऑन द बेंच, वो बेंच के उपर बैठा है जब बैठा हुआ है। नैक्सट है आप यूज़ करते हैं डेज के नाम के नाल, ठीक है, जो डेज के नेम आते हैं वो भी आप यूज़ करते हैं प्रीपोजिशन ऑन। जिस तरह आई वेंट देयर ऑन ट्यूजडे, मैं उत्थे मंगलवार गया। वी इंजॉय होलीडे ऑन संडे, असी संडे नू ऐतवार नू छुट्टी का आनंद माणते हाँ। हाँ जी, असी अज प्रीपोजिशन किते इन एट ऑन, ठीक है, इनू आप टाइम के नाल, प्लेस के नाल, ऑब्जेक्ट के विच हो भी उहदे नाल यूज़ करते हैं एट, यूज़ करते हैं टाइम इन क्लॉक का जिहड़ा टाइम हुंदा उहदे नाल, ठीक है, स्मॉल प्लेसिस के नाल, जिदा सिटी के विच, सिटी एक वड्डी अमृतसर उहदे विच बस स्टॉप होगा, वह छोटी जगह स्मॉल प्लेसिस के नाल, नाइट ते नून के नाल, ठीक है, तो थिंग्स की कॉस्ट के नाल, उस तो इलावा फंक्शन या इवेंट्स के नाल। फिर आपां कीता ऑन प्लेसिस के नाल या डेज के नाल, ठीक है, डेज ऑफ वीक के नाल। होमवर्क जिहड़ा आ तुसीं इन ऑन एट तीनों प्रिपरेशन यूज करके 10 sentences बनाने हैं, ठीक है। हैव अ गुड डे, टेक केयर, स्टे हेल्दी।